यो मुहर्रम दान है आज अठ मुहर्रम है हुसैन सोना पुत्र हम शिकले पैगंबर जड़ा गुफ्तार जफतार जकल्च बिल्कुल सागी रसूल ਜੋ ਅਲੀ ਅਕਬਰ ਜਦਾਂ ਜੰਮਿਆ ਜਨਾਬ زینਬ ਨੇ ਬਰਾਤ ਮੰਗ ਕੇ ਲਿਆ ਜਨਾਬ ਹੁਸੈਨ ਅਲੈਹਿਸਸਲਮ ਫਰਮਾਇੰਨ ਭੈਣ ਅੱਜ ਮੈਂ ਦਿਆਂਦਾ ਪਿਆ ਇਹ ਦਸਤੂਰ ਦਿੱਤੋਇਆ ਸਮਾਨ ਭਿਰਾ ਭਣਾ ਤੂੰ ਮੰਗਦੇ ਨਹੀਂ ਲੇਕਿਨ ਇੱਕ ਵਕਤ ਆਸੀ ਮੈਨੂੰ ਜ਼ਰੂਰਤ ਪੋਸੀ ਮੈਂ ਇਹ ਪੁੱਤਰ ਵਾਪਸ ਲੈ ਸਾਂ ਮੇਰੀ ਸੈਣ ਦਾ ਵਾਦਾ ਹੈ ਹੁਸੈਨ ਇਹ ਮੈਂ ਵਾਦਾ ਕਰੇ ਨਹੀਂ ਆ ਅੱਜ ਮੈਂ ਬੱਚਾ ਪਹਿਲਾਂ ਹੀ ਨਹੀਂ ਆ ਜਵਾਨ ਹੋ ਸੀਂਦੇ ਦੇਸ ਮੁਸਲਮਾਨਾਂ ਵਕਤ ਗੁਜ਼ਰਦਾ ਰਿਹਾ ਹੈ ਜ਼ਹਰਾ ਉਹਦੀ ਧੀ ਅਕਬਰ ਨੂੰ ਪਲੇਂਦੀ ਰਹੀ ਹੈ ਅਕਬਰ ਦੇ ਲੱਥੇ ਹੋਏ ਕੱਪੜੇ ਆਪਣੇ ਪੁੱਤਰਾਂ ਨੂੰ ਪਵਾਇਆ ਜਨਾਬ ਲੈਲਾ ਜਿਹੜੀ ਸੱਕੀ ਮਾਂ ਹੈ ਅਲੀ ਅਕਬਰ ਦੀ ਬਣੀ ਹਾਸ਼ਮ ਨੇ ਬੱਚਿਆਂ ਨੂੰ ਸਮਝਾਇਆ ਜਿਹੜਾ ਬੱਚਾ ਸਮਝਾਏ ਅਲੀ ਅਕਬਰ ਨੂੰ ਜੋ ਮੈਨੂੰ ਅੰਮਾ ਹੀ ਸੱਦੇ ਜਿਵੇਂ ਪੁੱਤਰ ਮਾਵਾ ਕੋਲੋਂ ਕਾਇਸ਼ਾ ਹੈ ਮੰਗਦੇ ਮੇਰੇ ਕੋਲ ਕੁਝ ਮੰਗੇ ਹੀ ਸਹੀ ਮੈਂ ਉਸ ਬੱਚੇ ਨੂੰ ਇਨਾਮ ਦੇਸਾਂ ਜੈ ਮਲੇ ਬਨੀ ਹਾਸ਼ਮ ਦੇ ਬਾਲ ਜਨਾਬ ਅਲੀ ਅਕਬਰ ਨੂੰ ਆਣ ਕੇ ਆਖੇ ਨਾ ਤੂੰ ਆਪਣੀ ਮਾਂ ਨੂੰ ਮਾਂ ਹੀ ਸੱਦ ਤੇ ਆਪਣੀ ਮਾਂ ਤੂੰ ਕਾਸ਼ ਐ ਮੰਗੀ ਸਈ ਅਲੀ ਅਕਬਰ ਦਾ ਆਵਾਜ਼ ਆਵੇ ਆ ਮੈਂ ਕੋਈ ਗਰੀਬ ਮਾਂ ਦਾ ਪੁੱਤਰਾ ਮੈਂ ਕਿਉਂ ਕਹੀਂ ਤੂੰ ਮੰਗਾ ਅਦਾਰੋ ਵਕਤ ਗੁਜ਼ਰਦ ਰਿਹਾ ਹੈ ਜ਼ਮਾਨਾ ਬਦਲਦਾ ਰਿਹਾ ਹੈ ਅਲੀ ਅਕਬਰੀ ਜਵਾਨਾ ਨੋਏ ਹੁਸੈਨ ਤੁਰਈਤ ਵਤਨ ਛੁੜਾ ਦਿੱਤਾ ਹੈ ਮੇਰੇ ਇਮਾਮ ਦੇ ਤੇਰੇ ਕਰਬਲਾ ਚ ਆ ਲੱਗੇ ਸਤਵੀ ਮੁਹਰਮ ਦੀ ਦੀਗਰ ਢੱਲੀ ਏ ਫੌਜ ਅਸ਼ਕੀ ਆਇ ਚ ਹੁਕਮ ਆਏ ਹੁਸੈਨ ਨੂੰ ਆਖੋ ਦਰਿਆ ਦੀ ਮਣ ਤੂੰ ਖੈਮੇ ਪੱਟੇ ਜਾਂ ਵੇਲੇ ਉਮਰ ਇਬਨ ਸਾਦ ਦੀ ਤਰਫੋਂ ਇਹ ਹੁਕਮ ਆਏ जनाब अब्बास ਦੇ ਚਿਹਰੇ ਤੇ ਜلال ਆਗੇ ਫਰਮਾਇੰਦਨ ਕੋਈ ਹੋਇਆ ਜਿਹੜਾ ਮੇਰੀ ਜ਼ਿੰਦਗੀ ਇਹ ਚ ਹੁਸੈਨ ਦੇ ਖੇਮੇ ਪੱਟੇ ਮੇਰੇ ਆਕਾਦਾ ਵਾਲਾ ਹੈ अब्बास ਮੈਂ ਲੜਨ ਨਹੀਂ ਆਇਆ ਮੈਂ ਜੰਗ ਨਹੀਂ ਕਰਨ ਆਇਆ ਮੈਂ ਮظلوم ਹੋ ਕੇ ਨਾਨੇ ਦੇ دین ਨੂੰ ਬੁਲੰਦ ਕਰਨ ਆਇਆ ਜਿਵੇਂ ਉਹ ਲੋਕ ਆਧਨ ਇੰਨੇ ਕਰ ਆ ਆਦਾਰੋ ਖੇਮੇ ਪੱਟੀ ਗਏ अठवी गुज़री नवी गुज़रीवत आई एरे मौला ने सारी रात इबादत गुज़ारीे कुझो वक्त भण जे وقت कुझो دے असाबा द ख़ैम कुझो वक्त इबादत ਜੰਮ ਵਲੇ ਧਮੀ ਦਾ ਟਾਈਮ ਹੋਏ ਆਜ਼ਾਮ ਦਾ ਵੇਲਾ ਹੋਏ ਸੈਦ ਦਾ ਵਾਜੇ ਮੇਰਾ ਹਮ ਸ਼ਿਕਲੇ ਪੈਗੰਬਰ ਬਚੜਾ ਉੱਠੀ ਅਜ ਆਖਰੀ ਆਜ਼ਾਮ ਦੇ ਆਇ ਪਿਓ ਤੇਰਾ ਆਖਰੀ ਨਮਾਜ਼ ਪੜ੍ਹਾਏ ਮੁਸਲਮਾਨਾ ਉੱਤੇ ਚੜ ਕੇ ਹਮ ਸ਼ਿਕਲੇ ਪੈਗੰਬਰ ਨੇ ਆਜ਼ਾਮ ਦਿੱਤੀ ਏ ਅਜੀਬ ਵੇਲਾ ਜਿਹੜੇ ਲੇ ਅਲੀ ਅਕਬਰ ਬਾਗ ਪੈ ਦੇਂਦਾ ਆ ਚੰਵਟ ਮਸਤੂਰ ਖੈਮੇ ਪੈ ਸੁੰਦੀ ਆਇ ਹਵਾ ਨੂੰ ਹੁਕਮ ਹੋਏ ਅਕਬਰ ਦੀ ਆਵਾਜ਼ ਮਦੀਨੇ ਪਹੁੰਚਾ ਦੇ ਜੰਮੇਲੇ ਜੋ ਧੰਮੀ ਦੀ ਬਾਗ ਦੀ ਹਵਾ ਨੇ ਆਵਾਜ਼ ਪਹੁੰਚਾਈਏ ਮਦੀਨੇ ਉਸ ਭੈਣ ਦੇ ਕੰਨਾਂ ਤੇ ਆਵਾਜ਼ ਆਏ ਜਿਹੜੀ ਪੈਰਾਂ ਤੇ ਮੂੰਹ ਰੱਖ ਕੇ ਪਈ ਆਦੀ ਆਕਬਰ ਹਣ ਤਦਾਵੀ ਦਦੇ ਉਭਰਣ ਆਲਾ ਤੇਰੇ ਵਾਦੇ ਕੀ ਦੇਗਾ ਕਿਬਲਾ ਬਾਗ ਖਤਮ ਹੋਈ हुसैन ਨਮਾਜ਼ ਪੜ੍ਹਾਈ ਬਾਹਰ ਦਿਉਂਦਾ ਗਏ جنگ ਦੇ ਤਬਲ ਵਜਣ ਲੱਗ ਗਏ ਸਭ ਤੋਂ ਪਹਿਲੇ ਜਨਾਬ ਅਲੀ ਅਕਬਰ 18 ਸਾਲਾਂ ਦਾ ਜਵਾਨ ਪੁੱਤਰ ਹੁਸੈਨ ਦਾ ਆਏ ਬਾਬੇ ਦੇ ਕੋਲ ਆਣ ਕੇ ਸਲਾਮ ਕੀਤਾ ਜਨਾਬ ਹੁਸੈਨ ਅਲੈਹਿਸਲਾਮ ਨੇ ਪੁੱਤਰ ਨੂੰ ਡਿਠਾ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਸੈਦ ਦੀ ਠੱਡੀ ਆ ਨਿਕਲੀ ਏ ਫਰਮਾਨ ਅਕਬਰ ਕਿਦੇ ਆਇਆ ਹੈ ਹਾਵਲ ਨੂੰ ਜਾ ਹੱਥ ਜੋੜ ਕੇ ਅਰਜ਼ ਕਰਿਆਂਦਾ ਹੈ ਬਾਬਾ ਅਜ਼ਨ ਲਈ ਬਿਲ ਮੌਤ ਮੌਤ ਦੀ ਇਜਾਜ਼ਤ ਦੇ ਕਿਬਲਾ ਜਨਾਬ ਹੁਸੈਨ ਅਲੈ ਸਲਾਮ ਦਾ ਆਵਾਜ਼ ਹੈ ਅਕਬਰ 18 ਸਾਲ ਦੀ ਤੇਰੀ ਉਮਰ ਹੈ 2 ਸਾਲ ਦਾ ਬਾਲ ਬੋਲੀ ਪਰਤੇਂਦਾ ਹੈ 2 ਸਾਲ ਵਿੱਚ ਕੱਢ ਦਿੱਤੇ ਵੰਨ ਤਾਂ ਪਿੱਛੇ 16 ਸਾਲ ਰਹੰਦੈਨ 16 ਸਾਲ ਅਸਾਨੂੰ ਹਸਰਤ ਰਹੀਏ ਏਕ ਤੇਰੀ ਮਾਂ ਨੂੰ ਅਸਰਤ ਦੁਈ ਮੈਨੂੰ ਏ ਅਰਜ਼ ਕਰਦੈਨ ਬਾਬਾ ਕਿਹੜੀ ਆਵਾਜ਼ ਆਇ ਅਕਬਰ ਮੈਨੂੰ ਏ ਅਸਰਤ ਰਹੀਏ ਜੋ 16 ਸਾਲਾਂ ਚ ਤਮੇਦੁਰਾਜ ਕੇ ਕਦੀ ਨਹੀਂ ਡਿਠਾ

ਜਨਾਬੇ ਅਕਬਰ ਬਾਬੇ ਦੇ ਪੈਰਾਂ ਦੇ ਡਿਠਾਏ ਹੱਥ ਜੋੜ ਕੇ ਅਰਜ਼ ਕਰਿਆ ਨਨ ਬਾਬਾ ਮੈਂ ਤੋਂ ਹੁਕਮ ਮੰਨਣ ਵਾਸਤੇ ਤਿਆਰ ਆਂ ਜਿਵੇਂ ਹੁਕਮ ਕਰੋ ਹੁਣ ਪਹਿਲੇ ਤੁਹਾਨੂੰ ਵੇਖਾਂ ਯਮਾਨੁ ਮਾ ਸਦਾ ਸੈਯਦ ਆਏ ਪਹਿਲੇ ਮਾ ਦੇ ਖੇਮੇ ਚਵਾਨ ਜਿਹੜੀ ਇੰਤਜ਼ਾਰ ਵਿੱਚ ਬੈਠੀ ਹੈ ਅਲਾਦਾਰੋ ਸੈਯਦ ਆਏ ਕੜੀਲ ਜਵਾਨ 18 ਸਾਲ ਦਾ ਗੱਭਰੂ बेतन की कमर बंदिल हथ जाए सुफेद रंग दस्तारे अपने मां चाए मां बात के अकबर ने सलाम किया उम्मा असलाम वाले अम्मा मेरा सलाम होगी जड़ी सोलह साल अज पहली दफा अपना ना न सुन

ਅੱਜ ਹੁਣ ਮੈਂ ਤੇਰੇ ਕੋਲੋਂ ਮੰਗਾ ਜਨਾਬੇ ਲੈਲਾ ਦਾਵਾਦ ਆਇ ਅਕਬਰ ਉਸ ਵੇਲੇ ਮੰਗੇ ਹੋਈ ਜਦਾਂ ਪਰਦੇਸ ਚਾ ਗਏ ਆ ਉਸ ਵੇਲੇ ਮੰਗੇ ਹੋਈ ਜਦਾਂ ਬਾਬਾ ਗਰੀਬ ਹੋ ਗਿਆ ਹੀ ਪਾਣੀ ਬੰਦ ਹੋ ਗਿਆ ਹੀ ਮਦੀਨਾ ਹੋ ਵਿਆ ਤੂੰ ਮੰਗਿਆ ਮੈਂ ਤੈਨੂੰ ਦੇਵਾਂ ਜਨਾਬੇ ਅਕਬਰ ਦਾਵਾਦ ਆਇ ਨਹੀਂ ਅਮਾ ਮੈਂ ਹੋਸ਼ਾ ਮੰਗਸਾਂ ਜਿਹੜੀ ਤੂੰ ਦੇ ਸਕਸੇ ਜਨਾਬੇ ਲੈਲਾ ਦਾਵਾਦ ਆ ਆ ਪਹਿਲੇ ਮੇਰੀ ਝੋਲੀ 'ਚ ਬੋ

مسلمانہ ہو اپ انداز لاو جسماں نو 18 سال سے کرئی ہوے جو کائشے پتر منگے اج 18 سال تو بعد پتر منگدا پے تے منگدا پے اماں مینوں موت دی اجازت دے علیحدہ ہو جے ویلے موت دا نام آئے پتر دا سر چا کے زمین تے رکھ کے دور اٹ کے کلوتی اے فرمندی اکبر مینوں بیگانی کوف دا سمجھے اے ٹھیک ہے میں بیگانی کوف دیاں لیکن میں زہارا دی نوہاں ਅਕਬਰ ਮੈਂ ਤੈਨੂੰ ਰਤੋ ਕੀ ਇਜਾਜ਼ਤਾਂ ਦੇ ਚੁਕੀਆਂ ਅмма ਉਹ ਕਿਵੇਂ ਆਵਾਜ਼ਾਂ ਦਾ ਯਾਦ ਰਾਤ ਜੱਲੀਏ ਮੇਰੀ ਅੱਖ ਲੱਗੀ ਏ ਤੇਰੀ ਦਾਦੀ ਜ਼ਹਰਾ ਮੇਰੇ ਕੋਲ ਆਈ ਏ ਮੈਨੂੰ ਫਰਮਾਇਆ ਜਨੋ ਸੂਬਾ ਦਾ ਟਾਈਮ ਹੋਸੀਏ ਇਕਬਰ ਆਣ ਇਜਾਜ਼ਤ ਮੰਗਸੀਏ ਮੇਰੇ ਪੁੱਤਰ ਨੂੰ ਸਰਖਰੂ ਕਰੇ ਫੀ ਅਮਾਨ ਲਾ ਅੱਲਾ ਨੂੰ ਸੌਪੇ ਇਨਸ਼ਾ ਅੱਲਾ ਤੂੰ ਸਰਖਰੂ ਕੋ ਵੱਲੇ ਮਾਤਮਦਾਰਾ ਅਕਬਰ ਮਾ ਤੂੰ ਇਜਾਜ਼ਤ ਲੈ ਕੇ ਟੁਰੇ ਆਈ ਜਵੇਂਲੇ ਮਜ਼ਦੂਰਾਤ ਨੂੰ ਪਤਾ ਲੱਗ ਗਏ ਜੋ ਮਾਂ ਪੁੱਤਰ ਪੈ ਮਿਲਦੇ ਨੇ ਕੋਲ ਮਜ਼ਦੂਰਾਤ ਇਕੱਠੀਆਂ ਹੋ ਗਈਆਂ ਜਨਾਬ زینਬ ਦਾ ਆਵਾਜ਼ ਆਏ ਅੱਜ ਤਾਂ ਮੈਂ yaad ਨਾ ਰਹਿ ਗਈ ਅਲਾਦਾਰੋ ਜਨਾਬ اکبر ਨੇ ਭੁੱਫੀ ਦੇ ਪੈਰਾਂ ਤੇ ਹੱਥ ਰੱਖਿਆ ਚਮਵਟ ਮਸਤੂਰ ਹੈ ਜਿਹੜੀ ਆਸੇ ਪਾਸਿਓ ਹਾਲਾ ਪਾਈ ਖਲੋਤੀ ਏ ਕਹਿੰਦਾ ਆਵਾਜ਼ਾਂ ਦਾ ਆਈ ਸਗਰਾ ਹੀ ਹੋ ਵੀਆ ਅਲਾਦਾਰੋ اکبر ਦਾ ਇਨ ਖੈਮੇ ਚੁੱਟ ਰਿਹਾ ਜਿਵੇਂ ਸ਼ਰੀਫ ਗਾਰੀ ਚੋਂ ਕਹਿੰਦਾ ਜਨਾਨਾ ਨਿਕਲਦਾ

ਮੈਂ ਪੁੱਤਰ ਨੂੰ ਟੋਰੇਂਦਾ ਪਿਆ ਮੈਂ ਤਾ ਤੁਹਾਨੂੰ ਨਾ ਪਿਆ ਬਲੇ ਨਾ ਆਵੇ ਵਾ ਤੇ ਮੈਨੂੰ ਪਤਾ ਆ ਵਾ ਤੇ ਜੀਂਦੇ ਅਕਬਰ ਨਹੀਂ ਬਲਣਾ ਅੱਜ ਮਿਲਣਾ ਨੇ ਤਾ ਮਿਲ ਲਿਓ ਅਲਾਦਾਰੋ ਤਸੇ ਪੁੱਤਰ ਨੂੰ ਹੁਸੈਨ ਟੋਰਿਆ ਆਬਰ ਕਾ ਪਾਦ ਕੇ ਟੋਰਿਆ ਕਿਬਲਾ ਜ ਐਵੇਂ ਲੈ ਹੁਸੈਨ ਦਾ ਪੁੱਤਰਾਏ ਫੌਜੀ ਐਸ ਕੀ ਆਇਚ ਜਾਂ ਕਰੇਂਦਾ ਹੋਇਆ ਮਾਦਰਵਾਦ ਖੈਮਤ ਵੇਦੀ ਖਲੋਤੀ ਏ ਕਾਫੀ ਆਦਮੀ ਇਨ ਜਿਨਾਂ ਨੂੰ ਅਕਬਰ ਫਨਾਰ ਕੀਤਾ ਏ ਘੋੜਾ ਭਜਾ ਕੇ ਵੱਲੇ बाबे दाद दा दा आए शाबाश मेरा तस्ा बचड़ा अकबर जनाबे अब जनाबे हुसैन अल सलाम फरमैन आ अकबर मेरे को ला। इमाम ने अपनी जबान पोत्र दे मुंह ही दिती है जनाबे अकबर वे के फरमैन बाबा मेरी जबान नू थी जबान ज्यादा खुश के जनाब हुसैन दा वादा आन अकबर जे कोई मेरे कोल पानी होया ता पुत्र तू कोई मैं प्यारा रखना حضرت جناب حسین علیہ السلام فرمائند فی امان اللہ فودیش کی آج اکبر جنگ کرے ایک ملعون نے دھوکا دتا ہے دیکھ کے ادا اکبر تو جنگ وچ مشغول ہیں تے خیمیاں نو بھائیں لگ گئیاں نی ਜ਼ਹਰਾ ਦੇ ਪੁੱਤਰ ਨੇ ਜੇ ਵੇਲੇ ਪਿੱਛਾਂ ਵਾਲੇ ਕਿਢਠਾ ਉਸ ਮਲਉ ਉਹਨੇ ਦਾ ਮਾਰੇ ਜਿਹੜਾ ਸੀਨੇ ਦੇ ਚ ਲੱਗ ਗਿਆ ਢਲਦੀ ਦੀਨ ਤੂੰ ਆਵਾਜ਼ ਆ ਬਾਤਿਆ ਤ੍ਰਿਕਨੀ ਬਾਬਾ امداد ਦੇ ਲਈ ਪਹੁੰਚ ਮੁਸਲਮਾਨਾ ਉਹ ਸ਼ਾਲਾ ਕਹਿੰਦੇ ਜਵਾਨ ਪੁੱਤਰ ਨਾ ਮਰੇ ਜੇ ਵੇਲੇ ਆਵਾਜ਼ ਹੁਸੈਨ ਦੇ ਕੰਨਾਂ ਤੇ ਆਈ ਸਯਦ ਅਕਬਰ ਤੇ ਅਥਰਾ ਗਿਆ ਇਹ ਵੱਦੀਦਾਈ ਜਨਾਬੇ ਹੁਸੈਨ ਦੀਦੀਦਾਈ ਅਕਬਰ ਤੇ

ਹੋ ਲੈ ਲਿਆ ਆ ਬਾਬਾ ਇਲਿਆ ਇਲਿਆ ਮੈਂ ਗਰੀਬ ਦੇ ਇੱਥੇ ਦੇਰੇ ਲੱਗੇ ਹੋਏ ਉਹ ਮਾਤਮਦਾਰਾ ਹੋ ਜੇ ਵੇਲੇ ਹੁਸੈਨ ਪੁੱਤਰ ਦੀ ਲਾਸ਼ ਤੇ ਪਹੁੰਚਈ ਮੇਰੇ ਸ਼ਰਾ ਦੇ ਦਾ ਹਿੱਕ ਕੱਟ ਸੀਨੇ ਦੁੱਤਿਆ ਪੁੱਤ ਪਿਓ ਨੂੰ ਹਿੱਕ ਕੱਥ ਨਾਲ ਮਿਲੇ ਜਨਾਬ ਹੁਸੈਨ ਦਾਵਾ ਮੈਂ ਇਕਬਰ ਦੁਆ ਥਿਚਾ ਆਵਾਲਾ ਮੈਂ ਬਾਬਾ ਮੈਂ ਮਜਬੂਰਾ ਮੈਂ ਹੱਥ ਨਹੀਂ ਚਾ ਸਕਦਾ ਕਿਈ ਮਜਬੂਰੀ ਹੈ ਕਰਨਨ ਬਾਬਾ ਇਕ ਲਈਨ ਨੇ ਜ਼ਰਾ ਮਾਰੇ ਜਦਾ ਫਲਸੀਨੇ ਚ ਭਜ ਗਏ ਤੇ ਬਾਬਾ ਮੈਂ ਸੁਣਦਾ ਵੈਂਦਾ ਮੂੰ ਉਹ ਲਈਨ ਆ ਦਵੈਂਦਾ ਸਾਂ ਸੁਣਦੇ ਰਾਨੇ ਅਜੋ ਹੁਸੈਨ ਵੱਡਾ ਸਾਬਰ ਆਈ ਸਬਰ ਦੇ ਮੁੱਲ ਪੋਸੇ ਪੋਤਰ ਦੇ سینੇ ਚੁਪਾਲ ਚੱਕੇ ਸੀ ਉਹ ਮੁਸਲਮਾਨਾ ਹੋ ਜੈ ਵੇਲੇ ਹੁਸੈਨ ਨੇ ਲਫ਼ ਸੁਣਨ ਫਰਮਾਨਨ ਅਕਬਰ ਵਾ ਤੂੰ ਸਬਰ ਕਰੇ ਸੇ ਮੈਂ ਫਲ ਜਿੱਕਾ ਜਨਾਬ ਅਕਬਰ ਦਾ ਆਲਾ ਬਿਸਮਿਲਲਾ ਬਾਬਾ ਮੈਂ ਤੇਰਾ ਪੋਤਰਾ ਸਯਦ ਨਿਆਸਤੀ ਨਾ ਕੁੰਜੀਆਂ ਇੱਕ ਜਾਨੂ ਪੁੱਤਰ ਦੇ ਸੀਨੇ ਦੇ ਵਿੱਚ ਰੱਖੇ ਫਲਬਰ ਚੀ ਦੇ ਚੱਤ ਪਾਏ ਨਲਰਾ ਯਮੀਨਨ ਵਯਸਾਰਨ ਹੁਸੈਨ ਸੱਜੇ ਤੇ ਖੱਬੇ ਡਿੱਠਾ ਇੱਕ ਆਵਾਜ਼ ਆਏ ਹੁਸੈਨ ਕਨਵੇਂ ਨਾ ਸਯਾਦਾਵਾ ਦਾਏ ਅੱਜ ਬਾਬਾ ਇਬਰਾਹੀਮ ਹੋਵਿਆ ਬਾਬਾ ਇਸਮਾਈਲ ਹੋਵਿਆ 1,24,000 ਪੈਗੰਬਰ ਦੀ ਆਵਾਜ਼ ਆਈ ਹੁਸੈਨ ਅਸੀਂ ਸਾਰੇ ਮੌਜੂਦਾਂ ਤੇਰੇ ਸਬਰ ਦੀ ਹੱਦ ਕਾਇ ਨਹੀਂ ਹੋ ਜ਼ਹਰਾਦ ਅਲਾ ਅਲਾਦਰੋ ਪੁੱਤਰ ਦੇ ਸੀਨੇ ਚ ਸੈਦ ਫਲ ਚੱਕੇ ਜਵਾਨ ਪੁੱਤਰ ਜ਼ਇਫ ਪਿਓ ਇਹ ਲਾਸ਼ ਕਿਵੇਂ ਚਾਏ ਆ ਪੁੱਤਰ ਦੀ ਨਾਂ ਬਾਹਿੰ ਗੱਲੇ ਸਪੈਨ ਕਮਰ ਤਲੋਂ ਹੱਥ ਪਾਏ ਅਕਲਾ ਚਾਹੀ ਆਂਦਾ ਹੈ ਜ਼ਮੀਨ ਅਕਬਰ ਦੇ ਪੈਰ ਚੁੰਮਦੀ ਆਂਦੀ ਏ ਬਜ਼ੁਰਗ ਜ਼ਾ ਕਿਰਪਟ ਦੇਉਂਦੇ ਆ ਇਨਕੇ ਜਨਾਬ हुसैन ਨੇ ਇਸ਼ਾਰਾ ਫਰਮਾਏ ਕੂੰ ਜਾ ਪਹਾੜੇ ਨਬਵਤ ਦੀਆਂ ਮੱਛਲੀਆਂ ਦਰਿਆਏ ਵਾਹਦਤ ਦੀਆਂ ਵਾਹ ਅਕਬਰਾ ਵਾ ਹੁਸੈਨ ਆ ਕਰਕੇ ਦਰਵਾਜ਼ੇ ਖੈਮਤ ਆ ਗਈਆਂ ਜਨਾਬ ਹੁਸੈਨ ਨੇ ਪੁੱਤਰ ਦੀ ਮਈਤ ਖੈਮੇ ਚ ਆ ਰੱਖੀ ਏ ਫਰਮਾਇਆ ਨਾ ਆਓ ਸ਼ਹੀਦ ਦਰੋਣਾ ਸਵਾਬ ਹੁੰਦਾ ਆ ਅਕਬਰ ਦੀ ਲਾਸ਼ ਤੇ ਵਹਿਣ ਕਰੋ ਅਲਾ ਦਰੋ ਜਿਵੇਂ ਲੈ ਵਾਰੀ ਵਾਰੀ ਨਾਲ ਵਹਿਣ ਪਿਆਉਂਦੇ ਆ ਜਨਾਬ ਹੁਸੈਨ ਨੇ ਦੀਦ ਕੀਤੀ ਇੱਕ ਮਸਤੂਰ ਏ ਜਿਹੜੀ ਕਾਈ ਨਹੀਂ ਨਜ਼ਰ ਆਈ ਪੁੱਛਦੇ ਨੇ ਲੈ ਨਾ ਭੈਣ ਅਕਬਰ ਦੀ ਮਾਂ ਕਿਦੇ ਗਈ ਏ ਜਨਾਬ ਜ਼ੈਨਬ ਦਾ ਆਦਾਂ ਦਾ ਆਪਣੇ ਖੈਮੇ ਚੋਸੀ حضرت فرمائیں ان ماں فضا وان اکبر دی ماں نو لایا آکا پوتر دی لاش تے وےن کرے جناب فضا میں جناب لیلا اپنے خیمے دے چھت ودی مریندی اے جناب فضا فرمائیں لیلا کے ودی کرے نی آوازاں دا جے دل دی اکبر دی ماں سنئیے میری نظر کم ہو گئی اے میرا ہاتھ پکڑ کے اکبر دی لاش تے لای وائیں آلا داروے میں لے جاواں پوتر دی لاش تے مائی اے ਹੱਥ ਜੋੜ ਕੇ ਅਰਜ਼ ਕਰੇ ਨੇ ਹੁਸੈਨ 18 ਸਾਲ ਹੋ ਗਏ ਇਨਕਾ ਸ਼ਾਹ ਨੇ ਮੰਗੀ ਅੱਜ ਮੈਂ ਸਵਾਲ ਕਰੇ ਨੀਆ ਆਵਾਜ਼ ਆਏ ਜਿਕੀਆਂ ਗੱਲਾਂ ਨਾ ਕਰ ਆਕ ਫਰਮਾਇੰਦੇ ਨੇ ਇੱਕ ਵਾਰੀ ਮੌਲਾ ਕੰਡ ਚ ਕਰੋ ਇਮਾਮ ਨੇ ਕੰਡ ਕੀਤੀ ਏ ਜਨਾਬ ਜ਼ੈਨ ਅਬ ਤੁਸੀਂ ਕੰਡ ਚ ਕਰੋ ਸੈਣ ਵੀ ਕੰਡ ਕੀਤੀ ਏ ਅਲਾਦਾ ਰੋ ਜਨਾਬ ਲੈਲਾ ਨੇ ਵਾਲ ਖੋਲੇ ਜਿੱਥੋਂ ਪੁੱਤਰ ਦਾ ਖੂਨ ਪਿਆ ਵਗਦਾ ਲੈਲਾ ਨੇ ਵਾਲ ਰੰਗीन ਕੀਤੇ